ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਅਸਲਾਮ ਅਲੈਕੁਮ ਦੋਸਤੋ, ਤੁਸੀਂ ਵੇਖ ਰਹੇ ਹੋ ਅਤਮਾਰ ਟੀ ਵੀ ਅਤੇ ਮੈਂ ਤੁਹਾਡਾ ਦੋਸਤ ਮਨਜ਼ੂਰ ਅਹਿਮਦ। ਦੋਸਤੋ, ਤੁਹਾਡੇ ਵਾਸਤੇ ਅੱਜ ਲੈ ਕੇ ਆਏ ਇੱਕ ਪਿਓਰ ਸਹੀਵਾਲ ਨਸਲ ਦੀ ਗਾਂ ਪਹਿਲਾਂ ਨੇ। ਸੁਣਾ ਸੋ, ਬਾਕੀ ਮਾਲਕ ਕੋਲ ਡਿਟੇਲ ਲੈਂਦੇ ਹਾਂ। ਸਾਡੇ ਯਾਰ ਦੇ ਕੋਲ ਹੀ ਅਸੀਂ ਆਏ ਹਾਂ, ਨਵਾਜ਼, ਮੁਹੰਮਦ ਨਵਾਜ਼ ਕੋਲ, ਜਿਹ ਤੋਂ ਪਹਿਲੇ ਵੀ ਅਸੀਂ ਅਕਸਰ ਵੀਡੀਓ ਬਣਾਈ ਦੀਆਂ ਹਨ। ਤੁਹਾਨੂੰ ਪਤਾ ਨਵਾਜ਼ ਗਾਈ ਵਾਲਾ ਮਸ਼ਹੂਰ ਹੈ। ਇਹ ਇਹਨਾਂ ਦੇ ਬਾਂਝੇ ਦੀ ਗਾਂ ਹੈ, ਘਰ ਦੀ ਗਾਂ ਹੈ, ਕੋਈ ਇਹਦਾ ਮਤਲਬ ਇਹਦੇ 'ਚ ਵਪਾਰ ਵਾਲੇ ਲੈਣ ਦੇਣ ਨਹੀਂ ਹੈ, ਕੋਈ ਕੁਛ ਨਹੀਂ ਹੈ। ਇਹ ਮਜ਼ੀਦ ਉਹਨਾਂ ਕੋਲ ਇਹਦੀ ਡਿਟੇਲ ਲੈਂਦੇ ਹਾਂ, ਅੱਛੀ ਤਰ੍ਹਾਂ ਗਾਂ ਦਿਖਾਓ, ਫਿਰ ਇਹਦੇ ਕੋਲ ਪੁੱਛਣੇ ਆ। ਪਿਓਰ ਸਹੀਵਾਲ ਨਸਲ ਦੀ ਗਾਂ ਹੈ ਜੀ, ਬਾਕੀ ਤੁਸੀਂ ਖੁਦ ਦੇਖ ਰਹੇ ਹੋ, ਖੂਬਸੂਰਤ ਹੈ, ਥਣ ਵੀ ਅੱਛੇ ਸੀ, ਥੋੜ੍ਹੀ ਜਿਹੀ ਹਵਾ ਪਹਿਲਣਾ, ਫਿਰ ਤੁਹਾਨੂੰ ਪਤਾ ਹਵਾ ਬਣਾਉਂਦੀਆਂ ਜੀ, ਹਵਾ ਬਣਾਈ ਹੋਈ ਸੀ ਜੀ। ਦੋਨਾਂ ਸਾਈਡਾਂ ਤੋਂ ਥਣ ਦਿਖਾ ਦਿਓ, ਥੋੜ੍ਹੀ ਚੜ੍ਹ ਕੇ ਵਿਸ਼ੀਰ ਅੱਗੇ ਵਿਖਾਓ। ਹੋਰ ਕੇ ਦਿਖਾ ਦੇਵੋ ਥੋੜੀ ਜਿਹੀ ਨਾ ਕੱਢ ਕੇ। ਉਧਰੋਂ ਕਰਕੇ ਥੋੜੀ ਦਿਖਾ ਦਿਓ ਤੇ ਲੈ ਆਓ, ਗੱਲ ਕਰੀਏ ਇਹਨਾਂ ਨਾਲ। ਠੀਕ ਹੈ, ਮੂੰਹ ਦਿਖਾ ਦੇ, ਮੂੰਹ ਗਾਇਂ ਦਾ ਦਿਖਾਓ ਜੀ। ਦਰੀ ਖਲੀ ਥੋੜਾ ਪਿੱਛੇ ਹੋ ਕੇ ਜ਼ੂਮ ਕਰ ਲਿਆ ਕਰੋ। ਠੀਕ ਹੈ ਜੀ, ਠੀਕ ਹੈ, ਲੈ ਆਓ ਇੱਧਰ, ਦੇਖ ਲਈਏ ਇਹਦਾ ਕਿਹੜਾ ਹੁਣ ਕੋਈ ਆ ਮਤਲਬ। ਆਓ ਬਾਈ ਨਵਾਜ਼। ਅਸਲਾਮ ਅਲੈਕੁਮ। ਵਾਲੇਕੁਮ ਸਲਾਮ, ਕੀ ਹਾਲ ਹੈ ਜਨਾਬ? ਠੀਕ ਹੋ? ਠੀਕ ਠਾਕ ਜੀ। ਨਵਾਜ਼ ਸਾਹਿਬ, ਤੁਹਾਡਾ ਮਾਸ਼ਾਅੱਲਾ ਇੱਕ ਅੱਛਾ ਰਿਕਾਰਡ ਲੋਕਾਂ ਦੇ, ਦੋਸਤਾਂ ਦੀ, ਜਿਹੜਾ ਨਾ ਨਜ਼ਰ 'ਚ ਹੈ, ਅਲਹਮਦੁਲਿਲਾ ਅੱਛਾ ਕੰਮ ਕਰ ਰਹੇ ਹੋ। ਬਾਈ ਨਵਾਜ਼ ਹਨ, ਕੋਈ ਦੋਸਤ ਅੱਛੀ ਤਰ੍ਹਾਂ ਜਾਣਦੇ ਹੋਣੇ ਅਤੇ ਜੇ ਨਹੀਂ ਜਾਣਦੇ ਉਹਨਾਂ ਨੂੰ ਦੱਸ ਦਿੰਦੇ, ਮੁਹੰਮਦ ਨਵਾਜ਼ ਇਹਨਾਂ ਦਾ ਨਾਮ ਹੈ ਜੀ। ਅਸੀਂ ਤਾਂ ਇਹਨਾਂ ਦਾ ਨਾਂ ਗਾਈਆਂ ਵਾਲਾ ਰੱਖਿਆ ਹੋਇਆ ਅਤੇ ਵੈਸੇ ਮੱਝਾਂ ਦਾ ਵੀ ਕੰਮ ਕਰਦੇ ਹਨ।
613 ਸ਼ਦਮਾਨ ਕਾ ਚੱਕ ਨਿਜ਼ਦਗੜ੍ਹ ਫਤਿਹਸ਼ਾਹ ਤਹਿਸੀਲ ਤਾਂਦਲਿਆਂਵਾਲਾ ਜ਼ਿਲ੍ਹਾ ਫੈਸਲਾਬਾਦ ਇਹਨਾਂ ਦਾ ਪਿੰਡ ਹੈ। ਮਾਸ਼ਾਅੱਲਾ ਹਰ ਜਿਹੜਾ ਨਾ ਦਿਨ ਹਰ ਹਫ਼ਤੇ ਆਪਾਂ ਨਹੀਂ ਕਹਿ ਸਕਦੇ ਹਰ ਦਿਨ ਨਵੀਂ ਤੋਂ ਨਵੀਂ ਗਾਂ ਲੈ ਆਉਂਦੇ ਨੇ। ਇਹ ਗਾਂ ਇਹਨਾਂ ਦੀ ਵਪਾਰ ਦੀ ਨਹੀਂ ਹੈ ਜੀ, ਇਹਨਾਂ ਦੇ ਘਰ ਦੀ ਹੈ। ਬਾਕੀ ਇਹਨਾਂ ਨਾਲ ਇੱਕ ਸਾਡਾ ਟਾਈਮ ਟੇਬਲ ਸੈੱਟ ਹੋਇਆ ਹੈ, ਸਾਡੇ ਤੋਂ ਥੋੜ੍ਹਾ ਜਿਹਾ ਸਫ਼ਰ ਇਹਨਾਂ ਦਾ ਬਣ ਜਾਂਦਾ ਕੋਈ ਅਰਾਊਂਡ ਅਬਾਊਟ 25-30 ਕਿਲੋਮੀਟਰ, ਲੇਕਿਨ ਤੁਹਾਨੂੰ ਪਤਾ ਕਿ ਪਿੰਡਾਂ ਥਾਵਾਂ 'ਤੇ ਉਹ ਕਾਫੀ ਸਫ਼ਰ ਬਣ ਜਾਂਦਾ। ਖੈਰ ਬਾਰਿਸ਼ ਦੀ ਵਜ੍ਹਾ ਤੋਂ ਫਿਰ ਵੀ ਸਾਨੂੰ ਇਹਨਾਂ ਦੀ ਮਜਬੂਰੀ ਪਿੱਛੇ ਆਉਣਾ ਪਿਆ। ਇਹਨਾਂ ਨਾਲ ਸਾਡਾ ਜਨਾਬ ਟਾਈਮ ਬਣਿਆ ਇਤਵਾਰ ਦੀ ਸ਼ਾਮ ਨੂੰ, ਇਨਸ਼ਾਅੱਲਾ ਹਰ ਇਤਵਾਰ ਦੀ ਸ਼ਾਮ ਨੂੰ ਇਹਨਾਂ ਦੇ ਗਾਵਾਂ ਦੀ ਵੀਡੀਓ ਬਣਿਆ ਕਰੇਗੀ, ਚਾਹੇ ਉਹ ਗਾਵਾਂ 5 ਹੋਣ ਚਾਹੇ 7 ਹੋਣ ਚਾਹੇ 10 ਹੋਣ। ਵੈਸੇ ਤਾਂ ਡੇਲੀ ਬੇਸਿਸ 'ਤੇ ਸੇਲ ਕਰਦੇ ਰਹਿੰਦੇ ਨੇ, ਲੇਕਿਨ ਡੇਲੀ ਬੇਸਿਸ 'ਤੇ ਸਾਡੇ ਕੋਲ ਨਹੀਂ ਆਇਆ ਜਾਣਾ ਇਹਨਾਂ ਕੋਲ, ਅਸੀਂ ਆਉਣਾ ਇਹਨਾਂ ਕੋਲ ਇਤਵਾਰ ਦੀ ਇਤਵਾਰ, ਹਰ ਇਤਵਾਰ ਦੀ ਸ਼ਾਮ ਨੂੰ ਅਸੀਂ ਇਨਸ਼ਾਅੱਲਾ ਇਹਨਾਂ ਕੋਲ ਵੀਡੀਓ ਬਣਾਉਣੀ, ਉਹ ਸ਼ਾਮ ਨੂੰ ਅਪਲੋਡ ਕਰਿਆ ਕਰਾਂਗੇ। ਹਰ ਹਫ਼ਤੇ ਦੇ ਵਿੱਚ ਇੱਕ ਵੀਡੀਓ ਇਹਨਾਂ ਦੀ ਬਣੇਗੀ, ਜਿੰਨੇ ਜਾਨਵਰ ਹੋਏ ਇਨਸ਼ਾਅੱਲਾ ਤੁਹਾਨੂੰ ਦਿਖਾਵਾਂਗੇ। ਅੱਛੀਆਂ ਗਾਵਾਂ ਲੈ ਆਉਂਦੇ ਨੇ, ਅਗਰ ਕੋਈ ਵਿੱਚ ਮੱਝ ਵੀ ਹੋਈ, ਜੋਟੀਆਂ ਵੀ ਹੋਈਆਂ ਤਾਂ ਉਹ ਵੀ ਲੈ ਉਸ ਜਨਾਬ, ਜੋਟੀਆਂ ਵੀ ਹੋਈਆਂ ਤਾਂ ਇਨਸ਼ਾਅੱਲਾ ਉਹ ਵੀ ਦਿਖਾਵਾਂਗੇ। ਮਜ਼ੀਦ ਜਿਹੜਾ ਨਾ ਗਾਵਾਂ, ਇਹਨਾਂ ਅੱਗੇ ਰਿਕੁਐਸਟ ਕੀਤੀ ਕਿ ਦੋਸਤਾਂ ਨੂੰ ਸ਼ੌਕ ਵਾਲੀਆਂ ਗਾਵਾਂ ਲਿਆ ਕੇ ਦਿਓ। ਕੱਲ੍ਹ ਅਸੀਂ ਵੀਡੀਓ ਪਾਈ ਹੈ ਜੀ ਇਹਨਾਂ ਕੋਲ, ਪਰਸੋਂ ਵੀਡੀਓ ਬਣਾਈ ਹੈ, ਪਰਸੋਂ ਪਾਈ ਹੈ। 4 ਗਾਵਾਂ ਦਿਖਾਈਆਂ ਹਨ ਮਾਸ਼ਾਅੱਲਾ, 4 ਗਾਵਾਂ ਹੁਣ ਸੇਲ ਹੋ ਚੁੱਕੀਆਂ ਨੇ, 4 ਗਾਵਾਂ ਦਾ ਬਿਆਨਾ ਵਗੈਰਾ ਹੋ ਗਿਆ, ਦੋਸਤ ਲੈਣ ਵਾਸਤੇ ਬਿਲਕੁਲ ਤਿਆਰ ਹੋ ਗਏ ਨਾ। ਮਤਲਬ ਅੱਜ ਮੌਸਮ ਖਰਾਬ ਹੋਣ ਦੀ ਵਜ੍ਹਾ ਤੋਂ ਕੋਈ ਥੋੜ੍ਹੀ ਜਿਹੀ ਡਿਲੇ ਹੋਈ ਖੜੀ। ਖੈਰ ਫਿਰ ਉਸ ਤੋਂ ਪਹਿਲੇ 6 ਗਾਵਾਂ ਦਿਖਾਈਆਂ ਸੀ, ਉਹ ਵੀ ਮਾਸ਼ਾਅੱਲਾ ਇਹਨਾਂ ਦੀਆਂ ਸੇਲ ਹੋ ਗਈਆਂ ਕਿ ਅਲਹਮਦੁਲਿਲਾ, ਅੱਛਾ ਕੰਮ ਕਾਰਨ, ਇਮਾਨਦਾਰ ਬੰਦੇ ਨੇ। ਸਿਰਫ ਇਹ ਚੀਜ਼ ਨਹੀਂ ਦੋਸਤੋ, ਮੈਂ ਕਹਿੰਦਾ ਕਿ ਕੋਈ ਨਹੀਂ ਆਪਣੇ ਰੋਜ਼ੀ ਰੱਖਦੇ, ਰੋਜ਼ੀ ਹਰ ਬੰਦਾ ਆਪਣੀ ਰੱਖਦਾ, ਠੀਕ ਹੈ ਨਾ। ਹਰ ਬੰਦਾ ਆਪਣੇ ਪੇਟ ਪਿੱਛੇ ਰਿਜ਼ਕ ਰੋਜ਼ੀ ਪਿੱਛੇ ਖੱਪ ਰਿਹਾ, ਮੈਂ ਹਾਂ ਤੁਸੀਂ ਉਹ ਬਾਈ ਹਨ, ਹਰ ਬੰਦਾ ਆਪਣੇ ਰਿਜ਼ਕ ਪਿੱਛੇ ਹੈ। ਲੇਕਿਨ ਅਸੀਂ ਇਹਨਾਂ ਦੀ ਇਹ ਰਿਕੁਐਸਟ ਕੀਤੀ ਹੈ ਕਿ ਬਾਈ ਮੇਰੇ ਰਿਜ਼ਕ ਖਾ ਲਵੋ, ਥੋੜ੍ਹਾ ਖਾ ਲਵੋ, ਰੋਜ਼ਾਨਾ ਬੇਸਿਸ 'ਤੇ ਖਾ ਲਵੋ। ਇੱਕ ਗਾਂ ਦੇ ਮਗਰ ਤੁਸੀਂ ਅਗਰ 50,000 ਰੁਪਇਆ ਕਹਿੰਦੇ ਹੋ ਨਾ ਕਿ ਅਸੀਂ ਮੁਨਾਫਾ ਲਈਏ, ਉਹ ਫਿਰ ਮੇਰਾ ਖਿਆਲ ਨਾਲ ਤਾਂ ਕੋਈ 10 ਸਾਲ ਬਾਅਦ ਹੀ ਸੇਲ ਹੋਏਗੀ। ਅਗਰ ਤੁਸੀਂ ਸੇਲ, ਉਹ ਇੱਕ ਗੱਲ ਤੁਹਾਨੂੰ ਕਰ ਰਿਹਾ, ਅਗਰ ਇੱਕ ਗਾਂ ਦੇ ਮਗਰੋਂ ਤੁਸੀਂ 5,000, 7,000, 10,000 ਮੁਨਾਫਾ ਲੈਂਦੇ ਤਾਂ ਉਹ ਇਹਨਾਂ ਦਾ ਹੱਕ ਬਣਦਾ ਜੀ, ਉਹਦੇ ਵਿੱਚ ਆਪਣਾ ਕਹਿਣਾ ਇਹਨਾਂ ਦਾ ਨਹੀਂ, ਉਹ ਇਹਨਾਂ ਦੀ ਮਿਹਨਤ ਮਜ਼ਦੂਰੀ ਬਣਦੀ। ਖੈਰ ਇਹਨਾਂ ਦੀ ਮੁਹੱਬਤ ਹੈ, ਇਹ ਸਾਡੀ ਗੱਲ ਸਮਝ ਗਏ ਅਤੇ ਇਹ ਇਸ ਗੱਲ 'ਤੇ ਅਮਲ ਕਰ ਰਹੇ ਨੇ ਕਿ ਮਤਲਬ ਡੇਲੀ ਬੇਸਿਸ 'ਤੇ ਗਾਂ ਸੇਲ ਕਰ ਰਹੇ ਨੇ। ਖੈਰ ਆਈ ਹੁਣ ਗਾਂ ਲੈ ਜੀ, ਨਵਾਜ਼ ਸਾਹਿਬ ਇਹ ਦੀ ਸਾਨੂੰ ਡਿਟੇਲ ਦੇਵੋ ਕਿ ਇਹ ਜੀ ਘਰ ਦੀ ਗਾਂ ਹੈਗੀ ਜੀ, ਘਰ ਦੀ ਗਾਂ ਦੀ ਪਹਿਲੇ ਵੱਛੀ ਹੈਗੀ ਜੀ, ਤਕਰੀਬਨ ਇਹਦੀ ਜਿਹੜੀ ਮਾਂ ਹੈਗੀ ਉਹ ਸਾਡੇ ਕੋਲ ਅੱਜ ਵੀ ਮੌਜੂਦ ਸੂਈ ਹੋਈ ਹੈਗੀ, ਤਕਰੀਬਨ 24-25 ਲੀਟਰ ਦੁੱਧ ਦੇ ਰਹੀ ਹੈ। ਕਿੰਨਵਾਂ ਸੂਆ ਸੂਈ ਹੋਈ ਹੈ ਜਿਹੜਾ ਸੂਆ ਸੂਏ ਨੇ? ਇਹ ਉਹ ਜੀ ਚੌਥਾ ਸੂਆ ਸੂਈ ਖਲੀਏ ਤੇ 24-25 ਲੀਟਰ ਦੁੱਧ ਦੇ ਰਹੀ ਹੈ। ਚੌਥਾ ਸੂਆ ਸੂ ਕੇ 24-25 ਲੀਟਰ, ਉਹ ਵੀ ਸਾਈਵਾਲ ਨਸਲ ਦੀ, ਸਾਈਵਾਲ ਨਸਲ ਦੀ ਪਿਓਰ ਸਾਈਵਾਲ ਦੀ, ਉਹ ਵੀ ਇਹ ਵੀ ਪਿਓਰ ਸਾਈਵਾਲ ਦੀ, ਸਹੀ ਹੋ ਗਿਆ। ਅੱਛਾ ਉਹਦਾ ਵੀ ਇਸੇ ਤਰ੍ਹਾਂ ਥਣ ਮੋਟਾ ਹੈਗਾ ਜੀ, ਛੱਡੇਬਾਜ਼ ਹੈ, ਕਾਦਬਾਜ਼ ਹੈ, ਮਤਲਬ ਸਾਰੇ ਉਹਦੇ ਵਿੱਚ ਨਾ ਖੂਬ। ਇਹ ਹਵਾ ਜਿਹੜੀ ਥੋੜੀ ਬਣਾਈ ਸੀ ਪਹਿਲਾਂ, ਇਹ ਵੈਸੇ ਨਾ ਪਹਿਲੇ ਨਹੀਂ, ਵੈਸੇ ਬਣਾਉਂਦੀਆਂ ਰਹਿੰਦੀਆਂ ਨੇ। ਠੀਕ ਹੋ ਗਿਆ, ਪਿਓਰ ਸਾਈਵਾਲ ਹੈ। ਹਾਂਜੀ ਪਿਓਰ ਸਾਈਵਾਲ। ਕਿੰਨੇ ਦਿਨ ਸੂਣ ਨੂੰ ਲੈਂਦੀ? ਤਕਰੀਬਨ 3-4 ਦਿਨ ਲਾ ਜਾਏਗੀ। 3-4 ਦਿਨ ਮਤਲਬ, ਹਾਂ 2-3 ਦਿਨ ਪੱਕੇ ਇਨਸ਼ਾਅੱਲਾ ਲੈ ਜਾਏਗੀ। ਖੈਰ ਹੁਣ ਗੱਲਾਂ ਬਾਤਾਂ ਕਾਫੀ ਹੋ ਗਈਆਂ ਤੁਹਾਡੀ, ਕਾਫੀ ਦੋਸਤਾਂ ਨੂੰ ਮੈਂ ਤਾਰਫ ਕਰ ਛੱਡਿਆ, ਤੁਸੀਂ ਵੀ ਹੁਣ ਸਾਡੇ ਨਾਲ ਚੱਲੋਗੇ ਇਸ ਤਰ੍ਹਾਂ? ਬਿਲਕੁਲ ਜੀ, ਜਿਵੇਂ ਦੋਸਤਾਂ ਦੇ ਅੱਗੇ ਤੁਹਾਡਾ ਮਿਆਰ ਬਣਿਆ ਹੋਇਆ ਰੱਖੋਗੇ? ਤਕਰੀਬਨ ਸੀਜ਼ਨ ਵਿੱਚ ਮੱਝੀ ਦਾ ਕੰਮ ਕਰਦੇ ਆ ਗਰਮੀਆਂ 'ਚ, ਜੀ ਹਾਂ ਦੋਸਤ ਮੇਰੇ ਦੁਆ ਚੈਨਲ ਤੇ ਅਕਸਰ ਮੱਝਾਂ ਚੜਦੀਆਂ ਰਹੀਆਂ ਨੇ, ਜਾਂਦੀਆਂ ਨੇ, ਸਿਆਲਕੋਟ ਗਈਆਂ ਨੇ, ਗੁਜਰਾਲੇ ਗਈਆਂ ਨੇ, ਹਰ ਪਾਸੇ ਆਜ਼ਾਦ ਕਸ਼ਮੀਰ ਤੱਕ ਗਈਆਂ ਨੇ ਜੀ। ਠੀਕ ਹੋ ਗਿਆ ਜੀ, ਜਾਮਪੁਰ ਤੱਕ ਗਈਆਂ, ਡੇਰਾ ਗਾਜ਼ੀ ਖਾਨ ਤੋਂ ਅੱਗੇ ਜਾਮਪੁਰੇ ਉਤਾਂ ਤੱਕ ਮਾਲ ਸਾਡਾ ਹੈ। ਦੋਸਤ ਤੁਹਾਡੇ ਹੁਣ ਤਾਂ ਮਾਸ਼ਾਅੱਲਾ ਨਾਮ ਤੋਂ ਹੀ ਤੁਹਾਨੂੰ ਜਾਣਦੇ ਨੇ। ਹਾਂ ਜੀ ਜਾਣਦੇ ਨੇ। ਖੈਰ ਹੁਣ ਇਹਦੀ ਹੁਣ ਕੀਮਤ ਦੱਸੋ ਪਿਆਰੀ ਜੀ, ਕੀਮਤ ਜਿਹੜੀ ਤੁਸੀਂ ਇਹਦੇ 'ਚ ਹੁਣ ਆਪਣਾ ਕਿਵੇਂ ਕਹਿੰਦੇ ਨੇ ਵਪਾਰ ਵਾਲਾ ਤਸੀਨ ਹੈ ਕੋਈ? ਮੰਗਾਂ ਤੋਂ ਤਾਂ ਭਾਵੇਂ ਦਾ 3 ਲੱਖ ਮੰਗ ਲਈ ਵੀ ਹੈ, ਜਿਹੜਾ ਨਾ 2 ਲੱਖ ਤੇ 10,000 ਰੁਪਇਆ। ਹਾਂਜੀ ਇਸ ਤੋਂ ਕੰਮ ਨਹੀਂ ਦੇਣੀ ਗੀ, ਮਤਲਬ 10,000। ਹਾਂਜੀ ਕੰਮ ਕਿਉਂ ਨਹੀਂ ਦੇਣੀ? ਮਤਲਬ ਇਹ ਇਹਦਾ ਨਾ ਜੀ ਮੰਗਾਂ ਨਾ ਲੋ, ਇਹ ਘਰ
ਇਹ ਘਰ ਦੀ ਗਾਂ ਹੈ ਤਾਂ ਕਰਕੇ ਭਾਈ ਜੀ ਘਰ ਦੀ ਗਾਂ ਜਿਹੜਾ ਮੇਰਾ ਭਾਈ ਇਹਨੂੰ ਚੋਏਗਾ ਜੀ ਉਹ ਯਾਦ ਕਰੇਗਾ ਵੀ ਭਾਈ ਨਿਵਾਸ ਕੋਲ ਤੋਹਫਾ ਸੀ ਮਤਲਬ ਇਹ ਮੇਰੇ ਭਤਰੀਏ ਦੀ ਗਾਂ ਹੈ ਜੀ ਜਿਹੜਾ ਮੇਰਾ ਭਾਈ ਇਹਨੂੰ ਦੇਖਦਾ ਹੈ ਨਾ ਉਹਨੂੰ ਪਤਾ ਹੈ ਅਸੀਂ ਚੀਜ਼ ਦੇ ਪੈਸੇ ਮੰਗੇ ਨੇ ਐਵੇਂ ਨਹੀਂ ਪੈਸੇ ਮੰਗ ਲਏ ਚਲੋ ਖੈਰ ਦੋਸਤਾਂ ਦੀ ਸਮਝ ਦੀ ਗੱਲ ਮੰਗ ਲੈਂਦਾ ਇਹਨਾਂ 5 ਲੱਖ ਹੈ ਉਹਨਾਂ ਦੇਣਾ ਨਹੀਂ ਉਹਨਾਂ ਨੂੰ ਪਤਾ ਨਹੀਂ ਵੀ ਇੰਨੇ ਦੀ ਹੈ ਗਾਂ ਸਾਡੀ 3 ਲੱਖ ਦੀ ਹੈ ਬਾਦਲ ਅਸੀਂ ਮਜਬੂਰੀ ਤਾਂ ਹੈ ਤਾਂ ਵੇਚ ਰਹੇ ਹਾਂ ਦੋਸਤੋ ਮਾਸ਼ਾਅੱਲਾ ਅੱਛੀ ਗਾਂ ਹੈ ਸਹੀਵਾਲ ਪਿਓਰ ਸਹੀਵਾਲ ਨਸਲ ਦੀ ਗਾਂ ਹੈ ਘਰ ਦੀ ਗਾਂ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਠੀਕ ਹੈ ਨਾ ਘਰ ਦੀ ਗਾਂ ਹੈ ਬਾਕੀ ਤੁਹਾਡੀ ਕਿਸਮਤ ਨਸੀਬ ਹੈ ਅਸੀਂ ਕਹੀਏ ਕਿ ਇੱਦਾਂ ਬਣੇਗੀ ਉਹ ਬਣੇਗੀ ਉਹ ਅੱਲਾ ਬਿਹਤਰ ਜਾਂਦਾ ਕਿ ਬਣੇਗੀ ਜਿਹੜੀ ਚੀਜ਼ ਹੈ ਤੁਹਾਨੂੰ ਦਿਖਾ ਦਿੱਤੀ ਹੈ ਬਾਕੀ ਠੀਕ ਹੈ ਦੋਸਤੋ ਪਸੰਦ ਕਰਕੇ ਤੁਸੀਂ ਬਾਈ ਨਾਲ ਰਾਬਤਾ ਕਰ ਸਕਦੇ ਹੋ ਸਾਡੇ ਨਾਲ ਕਰ ਸਕਦੇ ਹੋ ਤੁਸੀਂ ਖਰੀਦ ਸਕਦੇ ਹੋ ਠੀਕ ਹੈ ਦੋਸਤੋ ਅਗਲੀ ਵੀਡੀਓ ਤੱਕ ਦੇ ਵੋ ਇਜਾਜ਼ਤ ਖੁਦਾ ਹਾਫਿਜ਼।